ਸਾਰਿਆਂ ਦਾ ਫਿਰ ਸਵਾਗਤ ਹੈ। ਗੱਲਾਂ ਹੋ ਰਹੀਆਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ, ਕਿਉਂਕਿ ਅਸੀਂ ਇੰਨੇ ਡਿਪੈਂਡੈਂਟ ਹੋ ਗਏ ਹਾਂ ਇਹ ਰੈਡੀਮੇਡ ਚੀਜ਼ਾਂ ਦੇ। ਜਿਵੇਂ ਬਰਿੰਦਰ ਜੀ ਨੇ ਕਿਹਾ ਕਿ ਉਹਨੂੰ ਬਣਾਉਣਾ ਕਰਨਾ ਇੰਨਾ ਸਾਨੂੰ ਯੱਬ ਲੱਗਦਾ, ਰੈਡੀਮੇਡ ਕਰੀਮ ਲਈ ਜੀ ਲਗਾ ਲਿਆ, ਬਟ ਕਈ ਚੀਜ਼ਾਂ ਐਜ਼ ਇਜ਼ ਬੜੀਆਂ ਅੱਛੀਆਂ। ਜਿਵੇਂ ਹਨੀ, ਹਨੀ ਇਜ਼ ਵੈਰੀ ਗੁੱਡ, ਪਿਓਰ ਹਨੀ ਜਿਹੜਾ ਔਰਗੈਨਿਕ ਹਨੀ ਹੈ ਲੋ ਮੱਚ ਬੈਟਰ। ਐਂਡ ਸੀ ਸਾਲਟ, ਸੀ ਸਾਲਟ ਦੇ ਵਿੱਚ ਹਰ ਉਹ ਚੀਜ਼ ਹੈ ਜਿਹੜੀ ਕਿ ਸਾਡੀ ਸਕਿਨ ਵਿੱਚ ਐਨੀਵੇ ਹੈ, ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਯੂ ਨੋ, ਸੋ ਉਹ ਸਾਰੀਆਂ ਚੀਜ਼ਾਂ ਹੈਗੀਆਂ। ਸੋ ਜਦੋਂ ਅਸੀਂ ਜਿਹੜੇ ਸਕ੍ਰਬਸ ਅੱਜ ਕੱਲ੍ਹ ਇੰਨੇ ਆ ਗਏ ਹੈ, ਉਹ ਸੀ ਸਾਲਟ ਦਾ ਅਗਰ ਅਸੀਂ ਹਨੀ ਨਾਲ ਜਾਂ ਯੂ ਨੋ ਨੈਚੁਰਲ ਕਿਸੇ ਓਇਲ ਦੇ ਨਾਲ ਮਿਲਾ ਕੇ ਅਗਰ ਲਗਾਉਂਦੇ ਹਾਂ ਔਰ ਥੋੜ੍ਹਾ ਜਿਹਾ ਸਕ੍ਰਬ ਕਰ ਲੈਂਦੇ ਹਾਂ ਡੈਡ ਸਕਿਨ ਸਾਰੀ ਉਤਾਰਨ ਵਾਸਤੇ, ਦੈਟ ਇਜ਼ ਵੈਰੀ ਗੁੱਡ। ਸੋ ਯੂ ਨੋ ਸਾਡੇ ਸਟਾਫ ਵਿੱਚ ਵੀ ਹੈ ਨਾ, ਉਹਨਾਂ ਸਕਿਨ ਮੈਨੂੰ ਬੜੀ ਅੱਛੀ ਲੱਗਦੀ, ਉਹਨੂੰ ਮੈਂ ਹਮੇਸ਼ਾ ਕਹਿੰਦੀ ਹਾਂ ਤੇਰੀ ਸਕਿਨ ਬੜੀ ਅੱਛੀ ਹੈ। ਸੋ ਕੀ ਹੈ ਬਈ, ਅੱਜ ਮੈਂ ਪੁੱਛਿਆ ਉਹਨੂੰ ਕੀ ਸੀਕਰੇਟ ਹੈ ਤੇਰਾ, ਕਹਿੰਦੀ ਹੈ ਕਿ ਨੋ ਫਰਾਈਡ ਫੂਡਸ ਐਟ ਆਲ, ਕੋਈ ਵੀ ਹੈਵੀ ਫਰਾਈਡ ਫੂਡਸ ਨਹੀਂ ਖਾਂਦੀ ਮੈਂ। ਮਤਲਬ ਮੈਨੂੰ 2 ਸਾਲ ਹੋ ਗਏ ਕਿ ਮੈਂ ਈਵਨ ਕਾਰਬਸ ਨਹੀਂ ਖਾ ਰਹੀ, ਫਰੈਸ਼ ਫੂਡ ਮਤਲਬ ਵੈਜੀਟੇਬਲਸ ਅਤੇ ਫਰੂਟਸ, ਬੜਾ ਥੋੜ੍ਹਾ ਮੀਟ, ਚਿਕਨ, ਵਾਈਟ ਚਿਕਨ, ਵਾਈਟ ਮੀਟ ਸਿਰਫ ਚਿਕਨ, ਐਂਡ ਪਾਣੀ, ਪਲੈਂਟੀ ਆਫ ਵਾਟਰ ਥਰੂ ਆਊਟ ਦ ਡੇ। ਐਂਡ ਮੈਂ ਆਈ ਵਾਸ ਲਾਈਕ, ਯੂ ਆਰ ਸਰਵਾਈਵਿੰਗ ਵਿਦਾਊਟ ਰਾਈਸ ਔਰ ਫਲਾਵਰ ਫੋਰ 2 ਈਅਰਸ, ਐਂਡ ਸ਼ੀ ਲੁਕਸ ਬਿਊਟੀਫੁਲ, ਐਂਡ ਸ਼ੀ ਹੈਜ਼ ਸੋ ਮੱਚ ਐਨਰਜੀ। ਬਟ ਇੱਕ ਹੋਰ ਸੀਕਰੇਟ ਹੈ, ਐਕਸਰਸਾਈਜ਼, ਐਕਸਰਸਾਈਜ਼, ਗੁੱਡ ਡਾਇਟ ਐਂਡ ਸਲੀਪ, ਗੁੱਡ ਸਲੀਪ ਬਹੁਤ ਜ਼ਰੂਰੀ ਚਾਹੀਦੀ ਹੈ। ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਅਰਵਿੰਦ ਜੀ। ਹਾਂਜੀ ਸੁਦਰਸ਼ਨ ਜੀ, ਤੁਹਾਨੂੰ ਇੱਕ ਸ਼ੇਅਰ ਯਾਦ ਆ ਗਿਆ ਹੈ ਤੇ ਹੰਸੀ ਵਾਲਾ। ਹਾਂਜੀ, ਤੇ ਮੈਂ ਕਿਹਾ ਚੱਲ ਤੁਹਾਨੂੰ ਸ਼ੇਅਰ ਕਰਾਂ। ਹਾਂਜੀ, ਕਿ ਚਲੀ ਜਾਤੀ ਹੈ ਬਿਊਟੀ ਪਾਰਲਰ ਮੇ ਯੂੰ, ਉਨਕਾ ਮਕਸਦ ਹੈ ਮਿਸਾਲੇ ਹੂਰ ਹੋ ਜਾਣਾ। ਅੱਛਾ ਜੀ, ਮਗਰ ਯੇ ਕੌਣ ਸਮਝਾਏ ਉਨਕੋ ਕਿ ਕਿਸ਼ਮਿਸ਼ ਸੇ ਫਿਰ ਸੇ ਅੰਗੂਰ ਹੋ ਜਾਣਾ, ਕਿ ਮੁਮਕਿਨ ਨਹੀਂ ਕਿਸ਼ਮਿਸ਼ ਸੇ ਫਿਰ ਅੰਗੂਰ ਹੋ ਜਾਣਾ। ਠੀਕ ਹੈ, ਠੀਕ ਹੈ, ਵਧੀਆ ਵਧੀਆ। ਹੋਰ ਯਾਦ ਸੀਗੀ, ਸਾਡੀ ਮਿਲਦੀ ਹੈ ਜਿਹੜੀ ਜਲ, ਐਲੋਵੇਰਾ ਜਲ। ਹਾਂਜੀ ਹਾਂਜੀ, ਪਿਓਰ ਅਗਰ ਜਲ ਤੁਹਾਨੂੰ ਮਿਲੇ ਬਹੁਤ ਅੱਛੀ ਹੈ। ਤੁਸੀਂ ਧੂਪ ਛੁਪ ਚ ਜਾਂਦੇ ਹੋ, ਥੋੜਾ ਜਿਹਾ ਮੂੰਹ ਤੇ ਮਲ ਲਓ, ਰਾਤ ਨੂੰ ਬੇਸ਼ੱਕ ਮੂੰਹ ਤੇ ਮਲ ਕੇ ਸੌ ਜਾਓ। ਜੀ ਜੀ, ਮਾਮੂਲੀ ਜੀ। ਬਹੁਤ ਥੈਂਕ ਯੂ ਸੋ ਮਚ ਸੁਦਰਸ਼ਨ ਜੀ, ਇਹਦੇ ਚ ਬੜੀ ਥੈਰੇਪਿਊਟਿਕ ਯੂ ਨੋ ਕੁਆਲਿਟੀਜ਼ ਹੈ ਐਲੋਵੇਰਾ ਚ, ਔਰ ਪੀਣ ਨਾਲ ਵੀ ਕਹਿੰਦੇ ਈਵਨ ਇੰਟਰਨਲ ਆਰਗਨਸ ਵਾਸਤੇ ਬਹੁਤ ਕਾਮਿੰਗ ਇਫੈਕਟ ਹੈਗਾ ਇਹਨਾਂ ਦਾ। ਸੋ ਇਹ ਸਾਰੀਆਂ ਚੀਜ਼ਾਂ ਸਪੈਸ਼ਲੀ ਯੂ ਨੋ ਕਿ ਪਲੈਂਟੀ ਆਫ ਵਾਟਰ, ਐਕਸਰਸਾਈਜ਼, ਡਾਇਟ, ਸਲੀਪ, ਸਟ੍ਰੈਸ, ਸਾਰੇ ਕਹਿੰਦੇ ਨੇ ਸਟ੍ਰੈਸ ਨੂੰ ਕਿਵੇਂ ਘਟਾਈਏ ਜੀ। ਅੱਜ ਦੀ ਦੁਨੀਆ ਸਟ੍ਰੈਸ ਤਾਂ ਹੈ ਹੀ ਹੈ, ਪਰ ਡੈਫੀਨੇਟਲੀ ਅਸੀਂ ਜਾਣੇ ਅਣਜਾਣੇ ਵਿੱਚ ਸੋਚਦੇ ਹਾਂ ਕਿ ਇਹ ਹੈ ਹੀ ਹੈ। ਜਦੋਂ ਅਸੀਂ ਐਕਸੈਪਟ ਕਰ ਲੈਂਦੇ ਹਾਂ ਨਾ, ਤਾਂ ਉਹ ਸਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਸਾਡੀ ਬਾਡੀ, ਸਾਡੀ ਸਕਿਨ ਦੇ ਉੱਤੇ ਕਿਸ ਤਰ੍ਹਾਂ ਉਹਦਾ ਫਰਕ ਪੈ ਰਿਹਾ। ਸੋ ਮਾਈਂਡਫੁਲ ਹੋਈਏ ਥੋੜ੍ਹਾ ਜਿਹਾ, ਕਿਸੇ ਚੀਜ਼ ਦਾ ਸਟ੍ਰੈਸ ਹੈ ਤਾਂ ਉਹਨੂੰ ਅਟੈਂਡ ਕਰੀਏ ਉਸ ਚੀਜ਼ ਨੂੰ, ਉਹਨੂੰ ਕੁਛ ਚੇਂਜ ਕਰਨ ਦੀ ਕੋਸ਼ਿਸ਼ ਕਰੀਏ, ਰਾਦਰ ਦੈਨ ਜਸਟ ਕੰਪਲੇਨਿੰਗ। ਦੇਖੀਏ ਵੀ ਅਸੀਂ ਖਾਲੀ ਕੰਪਲੇਨ ਕਰ ਰਹੇ ਹਾਂ, ਪਰੇਸ਼ਾਨ ਹਾਂ, ਕਿ ਕੁਛ ਉਹਦੇ ਬਾਰੇ ਕਰ ਰਹੇ ਹਾਂ, ਕੁਛ ਪੋਜ਼ਿਟਿਵ ਐਕਸ਼ਨ ਲੈ ਰਹੇ ਹਾਂ ਉਹਦੇ ਬਾਰੇ, ਉਹ ਜ਼ਰੂਰ ਕਰੀਏ। ਐਂਡ ਮੇਨਲੀ ਜਿਹੜਾ ਹੈਗਾ ਨਾ, ਕਿ ਤੁਸੀਂ ਸਮੂਦੀਜ਼ ਬਣਾ ਲੈਂਦੇ ਹੋ, ਸਵਾਦ ਕਰ ਲੈਂਦੇ ਹੋ ਥੋੜ੍ਹਾ ਫਰੂਟ, ਅਗਰ ਬੱਚੇ ਨਹੀਂ ਖੁੱਲ੍ਹ ਕੇ ਜ਼ਿਆਦਾ ਕੁਆਂਟਿਟੀ 'ਚ ਖਾਂਦੇ, ਤਾਂ ਸਮੂਦੀਜ਼ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਤਾਂ ਬੜੇ ਸਾਰੇ ਕੋਂਬੀਨੇਸ਼ਨਸ ਦੇ ਵਿੱਚ ਤੁਸੀਂ ਫਰੂਟ ਸਮੂਦੀਜ਼ ਪੀ ਸਕਦੇ ਹੋ। ਬਟ ਓਵਰਆਲ ਜਿਹੜਾ ਸਲੀਪ ਵੀ, ਕਿ ਹਾਂ ਆਏ ਨਾ ਆਏ, ਡਾਇਜੈਸਟਿਵ ਸਿਸਟਮ ਅੱਧਾ ਆਪਣਾ ਧਿਆਨ ਰੱਖੀਏ, ਅਗਰ ਕਿ ਉਹੀ ਗੱਲ ਹੋ ਗਈ, ਫਾਈਬਰ ਐਂਡ ਵੈਜੀਟੇਬਲ ਜ਼ਿਆਦਾ ਹੋਣਗੀਆਂ, ਡਾਇਜੈਸਟਿਵ ਸਿਸਟਮ ਠੀਕ ਰਹੇਗਾ, ਸਕਿਨ ਗਲੋ ਕਰੇਗੀ। ਸੋ ਇਹ ਇੱਕ ਦੂਜੇ ਨੂੰ ਯਾਦ ਕਰਾਉਣ ਦੀ ਗੱਲ ਹੈ ਬਸ। ਅੱਜ ਮੇਰਾ ਖਿਆਲ ਸਾਰੇ ਬੜੇ ਧਿਆਨ ਨਾਲ ਸੁਣ ਰਹੇ ਨੇ, ਕਾਲਾਂ ਘੱਟ ਕਰ ਰਹੇ ਨੇ, ਪਰ ਬੜੀ ਸਾਰੀਆਂ ਚੀਜ਼ਾਂ ਤੁਹਾਡੇ ਘਰ ਵਿੱਚ ਤੁਹਾਨੂੰ ਮਿਲਣਗੀਆਂ ਜਿਹੜੀਆਂ ਕਿ ਤੁਸੀਂ ਇਸਤੇਮਾਲ ਕਰ ਰਹੇ ਹੋ। ਜਸਟ ਥਿੰਕ ਅਬਾਊਟ ਦੈਮ, ਜਦੋਂ ਇਸਤੇਮਾਲ ਕਰ ਰਹੇ ਹੋ ਥੋੜ੍ਹੀ ਜਿਹੀ ਫੇਸ 'ਤੇ ਲਗਾ ਲਈ, ਖਾ ਲਈ ਉਹ ਚੀਜ਼। ਕੋਕੋਨਟ ਓਇਲ ਦੀ ਜ਼ਿਕਰ ਹੋ ਰਿਹਾ ਸੀ, ਕੋਕੋਨਟ ਓਇਲ ਲੇਟੈਸਟ, ਹੁਣ ਪਹਿਲੇ ਮੈਨੂੰ ਨਹੀਂ ਸੀ ਪਤਾ, ਸਾਊਥ ਵਿੱਚ ਬਹੁਤ ਯੂਜ਼ ਕਰਦੇ ਹਾਂ ਟੂ ਅਪਲਾਈ, ਬਟ ਹੁਣ ਲੇਟੈਸਟ ਐਡੇਬਲ ਕੋਕੋਨਟ ਓਇਲ ਹੋ ਗਿਆ, ਜਿਹਦੀ ਅੱਧੀ ਚਮਚ ਤੁਸੀਂ ਰੋਜ਼ ਵੀ ਲੈਂਦੇ ਹੋ, ਕਹਿੰਦੇ ਨੇ ਬਹੁਤ ਅੱਛੀ ਹੈ ਫੋਰ ਇਨਸਾਈਡ ਆਲਸੋ, ਇਟਸ ਵੈਰੀ ਗੁੱਡ ਫੋਰ ਯੂਰ ਇਮਿਊਨਿਟੀ, ਬਹੁਤ ਤੁਹਾਨੂੰ ਸਟਰੋਂਗ ਬਣਾਉਂਦੀ ਹੈ, ਐਂਡ ਇਟ ਯੂ ਨੋ ਫਾਈਟਿੰਗ ਕੁਆਲਿਟੀਜ਼ ਹੈ ਇਹਦੀਆਂ, ਕਿ ਕੋਈ ਵੀ ਛੋਟੀ ਮੋਟੀ ਅਗਰ ਇਮਬੈਲੈਂਸ ਆਉਂਦਾ ਹੈ ਤਾਂ ਉਹ ਆਪਣੇ ਆਪ ਹੀ ਉਹਨੂੰ ਠੀਕ ਕਰ ਲੈਂਦੀ ਹੈ। ਸੋ ਯੂ ਨੋ ਇਟ ਵਾਜ਼ ਜਸਟ ਅੱਜ ਦਾ ਘੰਟਾ ਇਹਦੇ ਵਾਸਤੇ ਕਿ ਇੱਕ ਰਿਮਾਈਂਡਰ ਹੈ ਕਿ ਇੱਕ ਜਾਣੇ ਅਣਜਾਣੇ 'ਚ ਅਸੀਂ ਜੋ ਬਹਿ ਚੱਲ ਰਿਹਾ ਉਹ ਬਹਿ ਜਾ ਰਿਹਾ ਹੈ, ਉਹਦੇ ਕਰਕੇ ਮੈਂ ਆਪਣਾ ਤੁਹਾਨੂੰ ਦੱਸਿਆ ਕਿ ਹੁਣ ਮੈਂ ਬਹੁਤ ਘੱਟ ਯੂਜ਼ ਕਰਦੀ ਹਾਂ। ਠੀਕ ਹੈ, ਇੱਥੇ ਆਉਣਾ ਇੱਕ ਕੈਮਰੇ ਦੇ ਥੱਲੇ ਥੋੜ੍ਹੀ ਉਹ ਕਰਨੀ ਹੈ, ਪਰ ਹੁਣ ਬਹੁਤ ਘੱਟ, ਮਿਨੀਮਮ ਥੋੜ੍ਹਾ ਮੋਇਸਚਰਾਈਜ਼ਰ, ਟਿੰਟਿੰਗ ਮੋਇਸਚਰਾਈਜ਼ਰ ਲਗਾਇਆ, ਥੋੜ੍ਹਾ ਕੱਜਲ ਲਾ ਲਿਆ, ਲਿਪਰ ਲਾ ਲਿਆ, ਉਹ ਵੀ ਯੂ ਨੋ ਘੱਟ ਤੋਂ ਘੱਟ, ਜਦੋਂ ਨਾ ਲੋੜ ਹੋਏ ਤਾਂ ਲੈਟਸ ਅਵੋਇਡ। ਐਂਡ ਮੈਂ ਦੇਖਿਆ ਕਿ ਸਕਿਨ ਮੱਚ ਬੈਟਰ ਹੋ ਗਈ ਉਹਦੇ ਨਾਲ।
सो अज वास्ते इन्ना ही, सत श्री अकाल।